ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਲਾਸ ਤੀਸਰੀ ਦਾ ਇੰਗਲਿਸ਼ ਦਾ ਮਾਡਲ ਟੈਸਟ ਪੇਪਰ, ਜਮਾਤ ਤੀਜੀ, ਸਬਜੈਕਟ ਅੰਗਰੇਜ਼ੀ। ਆਓ ਦੇਖਦੇ ਹਾਂ ਪੇਪਰ ਕਿਸ ਤਰ੍ਹਾਂ ਦਾ ਆ ਸਕਦਾ ਹੈ ਤੇ ਪੇਪਰ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ। ਸਭ ਤੋਂ ਪਹਿਲਾਂ ਨੰਬਰ 1 ਏ, ਰੀਡ ਦਾ ਪੈਸੇਜ ਐਂਡ ਆਨਸਰ ਦਾ ਫੋਲੋਇੰਗ ਕੁਐਸਚਨ। ਇਹ ਤਾਂ ਇੱਕ ਪੈਰਾ ਦਿੱਤਾ ਗਿਆ ਹੈ, ਫਿਰ ਉਸੇ ਪੈਰੇ ਵਿੱਚੋਂ ਦੋ ਪ੍ਰਸ਼ਨ ਪੁੱਛੇ ਗਏ ਹਨ। ਇਹਨਾਂ ਦੋਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਪੈਰੇ ਵਿੱਚੋਂ ਪੜ੍ਹ ਕੇ ਦੇਣੇ ਹਨ। ਫਿਰ ਹੈ ਬੀ, ਰਾਈਟ ਟਰੂ ਔਰ ਫਾਲਸ ਫੋਰ ਦਾ ਫੋਲੋਇੰਗ ਸਟੇਟਮੈਂਟ। ਇਹਨਾਂ ਦਿੱਤੇ ਗਏ ਦੋ ਵਾਕਾਂ ਨੂੰ ਸਹੀ ਜਾਂ ਗਲਤ ਕਰਨਾ ਹੈ, ਜਿਵੇਂ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ। ਜਿਹੜਾ ਵੀ ਸਹੀ ਹੈ ਉਸ ਉੱਤੇ ਸਹੀ ਤੇ ਗਲਤ ਉੱਤੇ ਗਲਤ ਲਗਾਉਣਾ ਹੈ। ਫਿਰ ਹੈ ਨੰਬਰ 2, ਰੀਡ ਦਾ ਫੋਲੋਇੰਗ ਕੁਐਸਚਨਸ ਐਂਡ ਚੂਜ਼ ਦਾ ਕਰੈਕਟ ਆਪਸ਼ਨ ਫੋਰ ਯੂਅਰ ਆਨਸਰ। ਹੇਠਾਂ ਦਿੱਤੇ ਗਏ ਕੁੱਲ 16 ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਹਰੇਕ ਪ੍ਰਸ਼ਨ ਦੇ ਨੀਚੇ ਤੁਹਾਨੂੰ 4 ਆਪਸ਼ਨਾਂ ਦਿੱਤੀਆਂ ਗਈਆਂ ਹਨ। ਚਾਰਾਂ ਵਿੱਚੋਂ ਜਿਹੜੀ ਵੀ ਤੁਹਾਨੂੰ ਸਹੀ ਆਪਸ਼ਨ ਲੱਗਦੀ ਹੈ ਉਸ ਉੱਤੇ ਸਹੀ ਦਾ ਨਿਸ਼ਾਨ ਲਗਾਉਣਾ ਹੈ। ਆਓ ਉਦਾਹਰਨ ਦੇ ਤੌਰ ਤੇ ਦੇਖਦੇ ਹਾਂ, ਜਿਵੇਂ ਨੰਬਰ 1, ਫਾਈਂਡ ਦਾ ਕਰੈਕਟ ਨੰਬਰ ਨੇਮ। ਸਾਡੇ ਕੋਲ ਆਪਸ਼ਨ ਹੈ ਏ FOR4, ਬੀ FOUR4, ਸੀ FAR4, ਡੀ FORE। ਸੋ ਇਸ ਵਿੱਚ ਅਸੀਂ ਲੱਭਣਾ ਹੈ ਫਾਈਂਡ ਦਾ ਕਰੈਕਟ ਨੰਬਰ ਨੇਮ। ਅਸੀਂ ਇੱਕ ਨੰਬਰ ਦੇ ਸਹੀ ਸਪੈਲਿੰਗ ਲੱਭਣੇ ਹਨ, ਜਿਵੇਂ ਕਿ ਬੀ FOUR4, ਇਹ ਹੈ 4। 4 ਦੇ ਸਹੀ ਸਪੈਲਿੰਗ ਹਨ FOUR। ਇਸੇ ਤਰ੍ਹਾਂ ਹੀ ਨੰਬਰ 2, ਆਪੋਜ਼ਿਟ ਫੋਰ ਦਾ ਵਰਡ ਹੈਪੀ। ਹੈਪੀ ਦਾ ਵਿਰੋਧੀ ਸ਼ਬਦ ਕੀ ਹੋ ਸਕਦੇ ਆ, ਕੀ ਹੋ ਸਕਦਾ ਹੈ? ਸਾਡੇ ਆਪਸ਼ਨ ਨੇ ਏ ਐਂਗਰ, ਬੀ ਕਰਾਈ, ਸੀ ਸੈਡ, ਡੀ ਹੇਟ। ਤਾਂ ਹੈਪੀ ਮਤਲਬ ਹੁੰਦਾ ਹੈ ਖੁਸ਼, ਖੁਸ਼ ਦਾ ਵਿਰੋਧੀ ਸ਼ਬਦ ਕੀ ਹੋਏਗਾ? ਉਦਾਸ, ਉਦਾਸ ਦਾ ਮਤਲਬ ਸੈਡ। ਸੋ ਇਸਦਾ ਆਂਸਰ ਹੈ ਸੀ ਸੈਡ। ਤੇ ਨੰਬਰ 3, ਵਿਚ ਆਫ ਦਾ ਫੋਲੋਇੰਗ ਇਜ਼ ਸ਼ੋਇੰਗ ਪਾਸਟ। ਹੇਠਾਂ ਦਿੱਤੇ ਗਏ ਸ਼ਬਦਾਂ ਤੋਂ ਕਿਸ ਤੋਂ ਪਤਾ ਲੱਗਦਾ ਹੈ ਇਹ ਬੀਤਿਆ ਹੋਇਆ, ਬੀਤੇ ਹੋਏ ਸ਼ਬਦ ਬੀਤੇ ਹੋਏ ਸਮੇਂ ਨਾਲ ਜੁੜਾਵ ਰੱਖਦਾ ਹੈ, ਜਿਵੇਂ ਏ ਆਰ, ਬੀ ਇਜ਼, ਸੀ ਵੇਅਰ, ਡੀ ਹੈਸ। ਸੋ ਇਸ ਵਿੱਚ ਹੈਸ ਹੈ ਜਿਹਦੇ ਵਿੱਚ ਅਸੀਂ ਟਿਕ ਕਰਨਾ ਹੈ। ਸੋ ਇਹ ਸਾਰੇ ਕੁਐਸਚਨ ਬੱਚਿਓ ਇੱਕ ਵਾਰੀ ਪੜ੍ਹ ਲੈਣਾ, ਇਹ ਅਕਸਰ ਪੇਪਰ ਵਿੱਚ ਆ ਜਾਂਦੇ ਹਨ। ਜਿਵੇਂ ਨੰਬਰ 5, ਚੂਜ਼ ਦਾ ਕਰੈਕਟ ਵਰਡ। ਏ FRIENDS ਫਰੈਂਡਸ, ਬੀ FRIENDS ਫਰੈਂਡਸ, ਸੀ FRANDS ਫਰੈਂਡਸ, ਡੀ FRINDS ਫਰੈਂਡਸ। ਸੋ ਇਹਨਾਂ ਵਿੱਚੋਂ ਫਰੈਂਡਸ ਦੇ ਜੋ ਸਹੀ ਸਪੈਲਿੰਗ ਹਨ ਉਹ ਆਪਾਂ ਲਿਖਣੇ ਹਨ, ਜਿਵੇਂ ਡੀ ਦੇ ਹਨ। ਸੋ ਇਸੇ ਤਰ੍ਹਾਂ ਹੀ ਇਹ ਕੁਐਸਚਨ ਜ਼ਿਆਦਾਤਰ ਆਉਂਦੇ ਨੇ। ਸੋ ਇਸ ਵਾਰੀ ਇਹਨਾਂ ਨੂੰ ਕਰਕੇ ਜਾਣਾ। ਸਕੂਲੇ 16 ਪ੍ਰਸ਼ਨ ਆਣਗੇ, ਹਰ ਇੱਕ ਦਾ ਇੱਕ ਨੰਬਰ ਹੋਵੇਗਾ, ਤੁਸੀਂ ਧਿਆਨ ਨਾਲ ਇਸ ਨਾਲ ਇਹਨਾਂ ਨੂੰ ਕਰ ਲੈਣਾ। ਫਿਰ ਹੈ ਜਿਵੇਂ ਨੰਬਰ 13, ਟਿਕ ਦਾ ਰਾਈਟ ਕੁਐਸਚਨ ਫੋਰ ਦਾ ਪਿਕਚਰ। ਸੋ ਹੇਠਾਂ ਦਿੱਤੀ ਗਈ ਇੱਕ ਤਸਵੀਰ ਦਾ ਤੁਸੀਂ ਇਸਦਾ ਪ੍ਰਸ਼ਨ ਲੱਭਣਾ। ਇਹਦੇ ਜੋ ਥੱਲੇ ਸਾਨੂੰ 4 ਆਪਸ਼ਨਾਂ ਦਿੱਤੀਆਂ ਗਈਆਂ, ਏ ਇਜ਼ ਇਟ ਅ ਟੈਡੀ, ਬੀ ਇਜ਼ ਇਟ ਅ ਬੋਏ, ਸੀ ਇਜ਼ ਇਟ ਅ ਚਾਈਲਡ, ਡੀ ਇਜ਼ ਇਟ ਅ ਡੋਲ। ਸੋ ਇਹ ਕੀ ਹੈ ਜੋ ਹੇਠਾਂ ਦਿੱਤੀ ਗਈ ਗੁੜੀਆ ਦਿੱਤੀ ਗਈ ਹੈ, ਇਹਦੇ ਥੱਲੇ 4 ਆਪਸ਼ਨ ਦਿੱਤੇ ਗਏ ਨੇ, ਕੀ ਹੈ? ਇਹ ਟੈਡੀ ਬੀਅਰ ਹੈ, ਇਹ ਇੱਕ ਲੜਕਾ ਹੈ, ਇੱਕ ਬੱਚਾ ਹੈ ਜਾਂ ਡੋਲ ਹੈ? ਇਸਦਾ ਜਵਾਬ ਹੈ ਡੀ, ਡੋਲ। ਸੋ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਹਨ। ਫਿਰ ਹੈ ਨੰਬਰ 3, ਆਨਸਰ ਦਾ ਫੋਲੋਇੰਗ ਕੁਐਸਚਨ। ਹੇਠਾਂ ਦਿੱਤੇ ਗਏ 8 ਪ੍ਰਸ਼ਨਾਂ ਦੇ ਜਵਾਬ ਦੇਣੇ ਹਨ, ਹਰੇਕ ਪ੍ਰਸ਼ਨ ਦੇ 2 ਨੰਬਰ ਹਨ। ਸੋ ਇਹਨਾਂ ਨੂੰ ਦੇਖਦੇ ਹਾਂ। ਨੰਬਰ 1, ਵਟ ਡਸ ਕਲੋਕ ਟੈਲ ਅਸ, ਵਟ ਡਸ ਕਲੋਕ ਟੈਲ ਅਸ, ਘੜੀ ਸਾਨੂੰ ਕੀ ਦੱਸਦੀ ਹੈ? ਨੰਬਰ 2, ਵਟ ਵਾਸ ਦਾ ਨੇਮ ਆਫ ਲੇਜ਼ੀ ਬੋਏ, ਸੁਸਤ ਲੜਕੇ ਦਾ ਕੀ ਨਾਮ ਸੀ? ਨੰਬਰ 3, ਵਟ ਗੋਜ਼ ਹਾਈ ਐਂਡ ਲੋ ਇਨ ਦਾ ਪੋਇਮ ਦ ਸਵਿੰਗ, ਦ ਸਵਿੰਗ ਪੋਇਮ ਦੇ ਵਿੱਚੋਂ ਕਿਹੜੀ ਚੀਜ਼ ਉੱਚੀ ਅਤੇ ਨੀਵੀਂ ਜਾਂਦੀ ਹੈ? ਨੰਬਰ 4, ਹੂ ਇਜ਼ ਗੋਇੰਗ ਟੂ ਦਾ ਮਾਰਕੀਟ ਇਨ ਦਾ ਚੈਪਟਰ ਗੋਇੰਗ ਟੂ ਦਾ ਮਾਰਕੀਟ। ਸੋ ਚੈਪਟਰ ਗੋਇੰਗ ਟੂ ਮਾਰਕੀਟ ਦੇ ਵਿੱਚ ਬਾਜ਼ਾਰ ਕੌਣ ਜਾ ਰਿਹਾ ਸੀ? ਨੰਬਰ 5, ਲੁੱਕ ਐਟ ਦਾ ਪਿਕਚਰ ਐਂਡ ਰਾਈਟ ਦਾ ਨੇਮ ਆਫ ਦਾ ਬਰਡ, ਇਸ ਤਸਵੀਰ ਵਿੱਚ ਦਿੱਤੇ ਗਏ ਪੰਛੀ ਦਾ ਨਾਮ ਲਿਖਣਾ ਹੈ। ਨੰਬਰ 6, ਰੀਅਰੇਂਜ ਦਾ ਜੰਬਲ ਸੈਂਟੈਂਸ, ਟ੍ਰੀ ਗਿਵਸ ਵੁੱਡਸ ਅਰਥ। ਸੋ ਹੇਠਾਂ ਦਿੱਤੇ ਗਏ ਜਿਹੜਾ ਵਾਕ ਹੈ ਇਹ ਸਹੀ ਨਹੀਂ ਹੈ, ਇਸ ਦੇ ਸ਼ਬਦ ਅੱਗੇ ਪਿੱਛੇ ਕੀਤੇ ਗਏ ਹਨ। ਸੋ ਇਹਨਾਂ ਨੂੰ ਸਹੀ ਕਰਕੇ ਲਿਖਣਾ ਹੈ, ਜਿਵੇਂ ਕਿ ਟ੍ਰੀਸ ਗਿਵਸ ਵੁੱਡ ਅਸ। ਸੋ ਇੱਥੇ ਆਏਗਾ ਟ੍ਰੀਸ ਗਿਵ ਅਸ ਵੁੱਡ, ਪੇੜ ਸਾਨੂੰ ਲੱਕੜ ਦਿੰਦੇ ਹਨ। ਸੋ ਇਸ ਤਰ੍ਹਾਂ ਨੰਬਰ 7 ਹੈ, ਐਡ ਪ੍ਰੋਪਰ ਪੰਕਚੁਏਸ਼ਨ ਮਾਰਕਸ ਇਨ ਦਾ ਗਿਵਨ ਸੈਂਟੈਂਸ ਐਂਡ ਰੀ ਰਾਈਟ ਸ਼ੀ ਟੀਸ ਅਸ ਇੰਗਲਿਸ਼। ਸੋ ਇਹ ਵੀ ਇਸੇ ਤਰ੍ਹਾਂ ਹੀ ਗ੍ਰਾਮਰ ਦੇ ਵਿੱਚ ਪੁੱਛਿਆ ਗਿਆ ਹੈ, ਐਡ ਪ੍ਰੋਪਰ ਪੰਕਚੁਏਸ਼ਨ ਮਾਰਕਸ ਇਨ ਦਾ ਗਿਵਨ ਸੈਂਟੈਂਸ ਐਂਡ ਰੀ ਰਾਈਟ। ਸੋ ਇਸ ਵਿੱਚ ਪੰਕਚੁਏਸ਼ਨ ਲਗਾਉਣੇ ਹਨ। ਸੋ ਕੰਪਲੀਟ ਦਾ ਸੀਰੀਜ਼, ਨੰਬਰ 8, ਜਿਵੇਂ ਹੈਡ ਆਈਸ, ਫਿਰ ਬਾਕੀ ਦੇ ਜਿਹੜੇ 4 ਕਾਲਮਾਂ ਉੱਤੇ ਲਿਖਣਾ ਹੈ, ਹੈਡ ਆਈਸ, ਮਾਊਥ, ਟੀਥ, ਈਅਰ, ਨੋਸ, ਜੋ ਵੀ ਤੁਹਾਡੇ ਚਿਹਰੇ ਨਾਲ ਜੁੜੇ ਹਨ ਉਹਨਾਂ ਨੂੰ ਕੰਪਲੀਟ ਕਰਨਾ ਹੈ। ਫਿਰ ਨੰਬਰ 4, ਏ ਫਿਲ ਇਨ ਦਾ ਬਲੈਂਕਸ ਵਿਦ ਸੂਟੇਬਲ ਆਰਟੀਕਲ, ਇਹਨਾਂ ਦਿੱਤੇ ਗਏ 4 ਆਪਸ਼ਨਾਂ ਦੇ ਵਿੱਚ ਫਿਲ ਇਨ ਦਾ ਬਲੈਂਕ ਭਰਨੇ ਹਨ, ਏ ਔਰ ਐਨ ਦੀ ਲਗਾ ਕੇ ਭਰਨੇ ਹਨ,
फिर है नंबर बी अंडरलाइन द डिस्क्राइब्स वर्ड, फिर है सी कंप्लीट द सेंटेंस यूजिंग वाज वर, सो इस विच खाली दा वर्ब भरना है वाज वर लगा के, पंचुएट द फॉलोइंग, फिर है नंबर पांच नेहा इज गोइंग टू द मार्केट टू बाय फ्रूट्स, हेल्प हर टू मेक अ लिस्ट ऑफ फ्रूट्स, सो नेहा बाजार विच फल खरीदन लई जा रही है, उसकी मदद करो फ्रूट की लिस्ट बना के, सी इस विच पांच फ्रूटां फलां दे नाम लिखने हन, पांच नंबरां दा है, फिर है नंबर छे चूज एंड राइट द एप्रोप्रिएट सेंटेंस फॉर गिवन वर्ड्स, एक बार ध्यान नाल देख लेना, फिर है नंबर सत राइट फोर सेंटेंसिस ऑन द गिवन पिक्चर, इहनां दे उत्ते की तस्वीर उत्ते चार वाक लिखने हन, फिर है नंबर अठ लुक एट द पिक्चर एंड कंप्लीट द कंपोजिशन विद द हेल्प ऑफ वर्ड्स गिवन इन द हेल्प बॉक्स, सो हेठां कीती गई तस्वीर तुहानूं इक वारी देखो इसनूं, फिर उसदे नीचे शब्द दिते गए हन, सो उहनां शब्दां नीचे ਤੁਹਾਨੂੰ ਖਾਲੀ ਥਾਵਾਂ ਦਿੱਤੀਆਂ ਗਈਆਂ ਹਨ, ਤਸਵੀਰ ਨੂੰ ਦੇਖਣਾ ਹੈ ਤਾਂ ਇਹਨਾਂ ਖਾਲੀ ਥਾਵਾਂ ਨੂੰ ਭਰਨਾ ਹੈ, ਜਿਵੇਂ ਕਿ ਇਟ ਇਜ਼ ਅ ਡੈਸ਼, ਸੋ ਇੱਥੇ ਆਵੇਗਾ ਉੱਪਰ ਵਰਡ ਨੇ ਗਾਰਡਨਰ ਪਾਰਕ ਫਲਾਇੰਗ ਰਾਈਡਿੰਗ ਸ਼ਾਈਨਿੰਗ, ਸੋ ਇਟ ਇਜ਼ ਅ ਪਾਰਕ ਆਵੇਗਾ ਇੱਥੇ ਕਿਉਂਕਿ ਇਹ ਪਾਰਕ ਦਾ ਦ੍ਰਿਸ਼ ਦਿਖਾਇਆ ਗਿਆ ਹੈ, ਦ ਸਨ ਇਜ਼ ਡੈਸ਼ ਬ੍ਰਾਈਟਲੀ, ਦ ਸਨ ਇਜ਼ ਸੂਰਜ ਕੀ ਕਰ ਰਿਹਾ ਸੀਗਾ ਪਾਰਕ ਵਿੱਚ, ਦੇਖੋ ਧਿਆਨ ਨਾਲ ਉਹ ਹੈ ਸ਼ਾਈਨਿੰਗ ਬ੍ਰਾਈਟਲੀ, ਫਿਰ ਅਸੀਂ ਚਿਲਡਰਨ ਆਰ ਡੈਸ਼ ਗਾਈਡਸ, सो बच्चे काइट्स नु की कर रहे सन फ्लाइंग, सो इत्थे फ्लाइंग आएगा, फिर है नंबर डी द डैश इज वाटरिंग द प्लांट, पौद्यां नु पानी कौन दे रहा सी, ऊपर आया गार्डनर माली दे रहा सी, फिर ई ए बॉय इज डैश अ बाईसाइकल, एक लड़का की चला रहा सी, एक लड़का बाईसाइकल की कर रहा सी, राइडिंग चला रहा सी, सो राइडिंग लिखांगे, सो इसे तरह ही इस वारी पेपर नु ध्यान नाल देख लेना, अक्सर इस तरह का ही पेपर आ जाता है, ਸੋ ਅੱਜ ਲਈ ਇੰਨਾ ਹੀ ਧੰਨਵਾਦ, ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਸਾਡੇ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਸਮੇਂ ਸਮੇਂ ਸਿਰ ਨਵੇਂ ਨਵੇਂ ਪੇਪਰਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ, ਅੱਜ ਲਈ ਇੰਨਾ ਹੀ ਧੰਨਵਾਦ।